ਉਧਰ ਪਿਛਲੇ ਦਿਨੀ ਬ੍ਰੈਂਪਟਨ ਦੇ ਰੋਜ਼ ਥੀਏਟਰ ਵਿੱਚ ਪੰਜਾਬੀ ਦੇ ਸਿਰਮੌਰ ਸ਼ਾਇਰ ਸੁਰਜੀਤ ਪਾਤਰ ਨਾਲ ਉਹਨਾਂ ਦੀ ਸ਼ਾਇਰੀ ਬਾਰੇ ਦਿਲਚਸਪ ਰੂਬਰੂ ਉਹਨਾਂ ਦੀਆਂ ਗਜ਼ਲਾਂ ਅਤੇ ਗੀਤਾਂ ਦਾ ਸਰੰਗਮਈ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸੁਰਜੀਤ ਪਾਤਰ ਦੀ ਸ਼ਖਸੀਅਤ ਦੀਆਂ ਵੱਖ ਵੱਖ ਪਰਤਾਂ, ਪੰਜਾਬੀ ਦੇ ਪ੍ਰਸਿੱਧ ਲੇਖਕ ਡਾਕਟਰ ਵਰਿਆਮ ਸੰਧੂ ਵੱਲੋਂ ਕੀਤੇ ਗਏ ਰੌਚਕ ਸਵਾਲਾਂ ਅਤੇ ਸੁਰਜੀਤ ਪਾਤਰ ਵੱਲੋਂ ਦਿੱਤੇ ਗਏ ਖੂਬਸੂਰਤ ਜਵਾਬਾਂ ਦਾ ਸੈਂਕੜੇ ਸਰੋਤਿਆਂ ਨੇ ਬਾਖੂਬੀ ਆਨੰਦ ਮਾਣਿਆ। ਇਸ ਮੌਕੇ ਤੇ ਉਪਕਾਰ ਸਿੰਘ, ਮਨਰਾਜ ਪਾਤਰ ਅਤੇ ਸ਼ੌਕਤ ਅਲੀ ਨੇ ਆਪਣੀ ਗਾਇਕੀ ਨਾਲ ਸਭ ਨੂੰ ਕੀਲੀ ਰੱਖਿਆ। ਵਿਸ਼ਵ ਪੰਜਾਬੀ ਕਾਨਫਰੰਸ ਟੋਰਾਂਟੋ ਦੇ ਨੁਮਾਇੰਦਿਆਂ ਅਤੇ ਮੌਰਗੇਜ ਸਪੈਸ਼ਲਿਸਟ ਸਰਬਜੀਤ ਸਿੰਘ ਗੁਰਚਰਨ ਸਿੰਘ ਵੱਲੋਂ ਸਾਂਝੇ ਤੌਰ ਤੇ ਸੁਰਜੀਤ ਪਾਤਰ ਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਵਿਸ਼ਵ ਪੰਜਾਬੀ ਕਾਨਫਰੰਸ ਦੇ ਚੇਅਰਮੈਨ ਗਿਆਨ ਸਿੰਘ ਕੰਗ ਅਤੇ ਪ੍ਰਧਾਨ ਕਮਲਜੀਤ ਸਿੰਘ ਤੋਂ ਇਲਾਵਾ ਸ਼ਖਸੀਅਤਾਂ ਨੇ ਮੀਡੀਆ ਨਾਲ ਗੱਲਬਾਤ ਵੀ ਕੀਤੀ। ਇਸ ਮੌਕੇ ਹੀ ਕਰਾਊਨ ਇਮੀਗ੍ਰੇਸ਼ਨ ਦੇ ਰਾਜਪਾਲ ਹੋਠੀ ਵੱਲੋਂ ਲੇਖਕ ਵਰਿਆਮ ਸੰਧੂ ਦਾ ਵੀ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ। ਪ੍ਰਸਿੱਧ ਚਿੱਤਰਕਾਰ ਹਰਪਾਲ ਭਾਟੀਆ ਵੱਲੋਂ ਸੁਰਜੀਤ ਪਾਤਰ ਨੂੰ ਉਹਨਾਂ ਦਾ ਇੱਕ ਪੋਰਟਰੇਟ ਚਿੱਤਰ ਵੀ ਭੇਟ ਕੀਤਾ ਗਿਆ। ਮੈਂ ਅੱਜ ਸਾਰੇ ਸੰਗਤ ਨੂੰ ਸੁਨੇਹਾ ਦੇਣਾ ਚਾਹੁੰਦਾ ਕਿ ਅੱਜ ਅਸੀਂ ਸੁਰਜੀਤ ਸਿੰਘ ਪਾਤਰ ਜੀ ਨੂੰ ਸਨਮਾਨਿਤ ਕਰ ਰਹੇ ਹਾਂ ਗੋਲਡ ਮੈਡਲ ਨਾਲ। ਔਰ ਕਿਉਂਕਿ ਸੁਰਜੀਤ ਪਾਤਰ ਜੀ ਪੰਜਾਬੀ ਦੇ ਸਿਰਮੌਰ ਸ਼ਾਇਰ ਅਤੇ ਲਿਖਾਰੀ ਹਨ, ਤਾਂ ਉਹਨਾਂ ਨੂੰ ਪੰਜਾਬ ਗੌਰਮੈਂਟ ਨੇ ਪੰਜਾਬ ਸਾਹਿਤ ਅਕੈਡਮੀ ਦੀ ਜ਼ਿੰਮੇਵਾਰੀ ਵੀ ਸੌਂਪੀ ਹੋਈ ਹੈ। ਤਾਂ ਇਸ ਕਰਕੇ ਅਸੀਂ ਉਹਨਾਂ ਨੂੰ ਇੱਥੇ ਬੁਲਾਇਆ ਗਿਆ ਔਰ ਅੱਜ ਅਸੀਂ ਉਹਨਾਂ ਨੂੰ ਸਨਮਾਨਿਤ ਕਰ ਰਹੇ ਹਾਂ। ਮੈਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਹ ਸੀਟ 'ਤੇ ਇੰਟਰਟੇਨਮੈਂਟ ਵੱਲੋਂ ਇਹ ਅੱਜ ਸੁਰਜੀਤ ਪਾਤਰ ਜੀ ਦਾ ਸ਼ੋਅ ਕਰਵਾਇਆ ਗਿਆ ਅਤੇ ਸਾਨੂੰ ਬੜੀ ਮਾਣ ਦੀ ਮਹਿਸੂਸ ਹੋ ਰਿਹਾ ਵੀ ਅਸੀਂ ਉਹਨਾਂ ਨੂੰ ਵਿਸ਼ਵ ਪੰਜਾਬੀ ਕਾਨਫਰੰਸ ਜਿਹੜੀ ਅਸੀਂ 5ਵੀਂ ਕਰਵਾਈ ਗਈ ਸੀ ਉਹਦੇ ਵਿੱਚ ਗੋਲਡ ਮੈਡਲ ਨਾਲ ਉਹਨਾਂ ਨੂੰ ਸਨਮਾਨਿਤ ਕਰ ਰਹੇ ਹਾਂ। ਇਹ ਉਹ ਸ਼ਖਸੀਅਤ ਵਾ ਜਿਹਨਾਂ ਦਾ ਸਾਡੇ ਕੋਲ ਕੋਈ ਲਫ਼ਜ਼ ਨਹੀਂ ਵੇ ਅਸੀਂ ਕੁਛ ਕਹਿ ਸਕੀਏ ਅਤੇ ਅਸੀਂ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ। ਐਂਡ ਪੰਜਾਬੀ ਵਿਸ਼ਵ ਪੰਜਾਬੀ ਕਾਨਫਰੰਸ ਵੱਲੋਂ ਅੱਜ ਉਹਨਾਂ ਨੂੰ ਅਸੀਂ ਗੋਲਡ ਮੈਡਲ ਨਾਲ ਸਨਮਾਨਿਤ ਕਰਾਂਗੇ। ਪਾਤਰ ਦੇ ਪ੍ਰੋਗਰਾਮ 'ਤੇ ਅੱਜ ਅਸੀਂ ਆਏ ਹਾਂ RBC ਮੌਰਗੇਜ ਸਪੈਸ਼ਲਿਸਟ ਸਰਬਜੀਤ ਸਿੰਘ ਅਤੇ ਉਹਨਾਂ ਦੇ ਫਾਦਰ ਅੱਜ ਉਹਨਾਂ ਨੂੰ ਗੋਲਡ ਮੈਡਲ ਦੇ ਨਾਲ ਓਨਰ ਕਰ ਰਹੇ ਹਾਂ। ਸੁਰਜੀਤ ਪਾਤਰ ਦੇ ਉਹਨਾਂ ਦਾ ਸੀਰਤ ਇੰਟਰਟੇਨਮੈਂਟ ਵੱਲੋਂ ਸ਼ੋਅ ਕਰਾਇਆ ਜਾ ਰਿਹਾ ਹੈ ਅਤੇ ਉਸ ਸ਼ੋਅ ਅੱਜ ਇੱਥੇ ਹੋ ਰਿਹਾ ਹੈ ਅਤੇ ਅਸੀਂ ਸਾਰੇ ਹੀ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਅਤੇ ਦੂਸਰਾ, ਅੱਜ ਪੰਜਾਬੀ ਵਿਸ਼ਵ ਕਾਨਫਰੰਸ ਵੱਲੋਂ ਉਹਨਾਂ ਨੂੰ ਗੋਲਡ ਮੈਡਲ ਨਾਲ ਵੀ ਸਨਮਾਨਿਤ ਕੀਤਾ ਜਾਵੇਗਾ। ਅਤੇ ਸੁਰਜੀਤ ਪਾਤਰ ਦਾ ਨਾਂ ਸਾਰੇ ਜਾਣਦੇ ਆ, ਪ੍ਰਸਿੱਧ ਪੰਜਾਬੀ ਦੇ ਬਹੁਤ ਵੱਡੇ ਰਾਈਟਰ ਆ ਅਤੇ ਅਸੀਂ ਸਾਰੇ ਪਰਿਵਾਰ ਸਮੇਤ ਇੱਥੇ ਪਹੁੰਚੇ ਹਾਂ ਅਤੇ ਦੇਖਣ ਆਏ ਹਾਂ। ਅਸੀਂ ਕੋਸ਼ਿਸ਼ ਕਰਾਂਗੇ ਵੀ ਇੱਦਾਂ ਦੇ ਰਾਈਟਰ ਨੂੰ ਹੋਰ ਵੀ ਸੁਣਿਆ ਜਾਵੇ ਅਤੇ ਪੜ੍ਹਿਆ ਜਾਵੇ ਤਾਂ ਕਿ ਪੰਜਾਬੀ ਅਤੇ ਪੰਜਾਬੀ ਸੱਭਿਅਤਾ ਨੂੰ ਅਸੀਂ ਬਚਾ ਸਕੀਏ ਜੀ। ਅੱਜ ਇੱਕ ਬਹੁਤ ਵੱਡਾ ਦਿਨ ਆ ਜਿਹੜਾ ਸੀਰਤ ਐਂਟਰਟੇਨਮੈਂਟ ਵੱਲੋਂ ਔਰਗਨਾਈਜ਼ ਕੀਤਾ ਗਿਆ ਸੁਰਜੀਤ ਪਾਤਰ ਹੋਣਾਂ ਦੇ ਸਨਮਾਨ ਵਿੱਚ। ਟੋਰਾਂਟੋ ਲਈ ਇੱਕ ਬਹੁਤ ਵੱਡੀ ਉਪਲਬਧਤਾ ਹੈ ਸਾਡੇ ਲਈ ਕਿ ਅਸੀਂ ਉਹਨਾਂ ਦੇ ਰੂਬਰੂ ਹੋਏ ਹਾਂ ਇੱਥੇ, ਅਤੇ ਬਹੁਤ ਚੰਗੀ ਗੱਲ ਹੈ। ਆਮ ਜਿਹੜੇ ਲੋਕ ਨੇ, ਸਾਡੀ ਯੰਗ ਜਨਰੇਸ਼ਨ ਵੀ ਉਹਨਾਂ ਨੂੰ ਸੁਣੇਗੀ ਅਤੇ ਅਸੀਂ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦੀ ਹਾਂ ਜਿਹੜਾ ਉੱਥੇ ਆਏ ਨੇ ਟੋਰਾਂਟੋ। ਮੈਂ ਤਾਂ ਇਹੋ ਹੀ ਕਹਿਣਾ ਚਾਹਾਂਗਾ ਕਿ ਪੰਜਾਬੀ ਜਿਹੜੇ ਨੇ ਸਾਡੇ, ਔਰ ਹਮੇਸ਼ਾ ਜਿਹੜੇ ਉਹ ਸੁਰ ਔਰ ਸ਼ਬਦ ਦੇ ਜਿਹੜੇ, ਕਿਉਂਕਿ ਸਾਡੇ ਬਾਬੇ ਨਾਨਕ ਹੋਣਾ ਨੇ ਵੀ ਸ਼ਬਦ ਦਾ ਜਿਹੜਾ ਸੀ ਔਰ ਰਾਗ ਸਾਨੂੰ ਦਿੱਤਾ ਸੀਗਾ ਵਿਰਾਸਤ ਦੇ ਵਿੱਚ, ਔਰ ਅਸੀਂ ਹਮੇਸ਼ਾ ਇਹ ਕਹਿੰਦੇ ਆਏ ਹਾਂ ਕਿ ਸਾਡੀ ਪੰਜਾਬੀ ਜਿਹੜੀ ਹੈ ਮਾਂ ਬੋਲੀ, ਅਸੀਂ ਇਹਦੀ ਸੇਵਾ ਸੰਭਾਲ ਕਰਦੇ ਆਏ ਹਾਂ। ਲੇਕਿਨ ਪਿਛਲੇ ਕੁਝ ਸਮੇਂ ਤੋਂ ਜਿਸ ਤਰ੍ਹਾਂ ਦੀ ਇੱਦਾਂ ਲੱਗਦਾ ਸੀ ਕਿ ਬਾਬੇ ਨਾਨਕ ਦਾ ਸ਼ਬਦ ਬੇਪਛਾਣ ਹੋ ਗਿਆ ਔਰ ਮਰਦਾਨੇ ਦੀ ਰਬਾਬ ਤਿੜਕ ਗਈ ਹੈ, ਪਰ ਇੱਦਾਂ ਦੀ ਜਿਹੜੀ ਕੋਈ ਗੱਲ ਨਹੀਂ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਚੰਗੀ ਚੀਜ਼ ਦਾ ਬੀਜ ਕਦੀ ਨਾਸ ਨਹੀਂ ਹੁੰਦਾ, ਔਰ ਅੱਜ ਰੋਜ਼ ਥੀਏਟਰ ਦੇ ਵਿੱਚ ਇਹ ਸ਼ੋਅ ਸੋਲਡ ਆਊਟ ਕਰਕੇ GTA ਖੇਤਰ ਦੇ ਜਿਹੜੇ ਸਾਡੇ ਪੰਜਾਬੀ ਪਿਆਰੇ ਨੇ, ਸਾਡੇ ਸਰੋਤੇ ਦਰਸ਼ਕ ਨੇ, ਉਹਨਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਪਦਮ ਸ਼੍ਰੀ ਡਾਕਟਰ ਸੁਰਜੀਤ ਪਾਤਰ ਔਰ ਤਹਿਰੀਰ ਔਰ ਤਕਰੀਰ ਦੇ ਤਣੀ ਪ੍ਰਸਿੱਧ ਲੇਖਕ ਡਾਕਟਰ ਵਰਿਆਮ ਸਿੰਘ ਸੰਧੂ, ਮੋਹਸਨ ਸ਼ੌਕਤ ਅਲੀ, ਉਪਕਾਰ ਜੀ ਔਰ ਮਨਰਾਜ ਪਾਤਰ, ਇਹ ਜਿਹੜਾ ਅੱਜ ਸ਼ੋਅ ਚੱਲ ਰਿਹਾ ਹੈ ਇੱਕ ਵੱਖਰੀ ਖੁਮਾਰੀ ਜਿਹੜੀ ਦਰਸ਼ਕਾਂ ਨੂੰ ਚੜ੍ਹੀ ਹੋਈ ਹੈ। ਔਰ ਪਾਤਰ ਸਾਹਿਬ ਜਿਨ੍ਹਾਂ ਬਾਰੇ ਮੈਂ ਕੀ ਕਹਾਂ ਕਿ ਮੈਂ ਰਾਹਾਂ 'ਤੇ ਨਹੀਂ ਤੁਰਦਾ, ਮੈਂ ਤੁਰਦਾ ਤਾਂ ਰਾਹ ਬਣਦੇ ਨੇ, ਜਾਂ
ਜੇ ਲੱਗੀ ਹੈ ਜੇ ਤੇਰੇ ਕਾਲ ਜੇ ਛੁਰੀ ਨਹੀਂ ਇਹ ਨਾ ਸਮਝ ਸ਼ਹਿਰ ਦੀ ਹਾਲਤ ਬੁਰੀ ਨਹੀਂ। ਸੋ ਪੰਜਾਬੀ ਜਿਹੜੇ ਨੇ ਪੰਜਾਬੀ ਤੌਰ ਸਾਡੇ ਸਮਾਜ ਸਾਡੇ ਚੁਗਿਰਦੇ ਨੂੰ ਮੱਦੇਨਜ਼ਰ ਰੱਖਦੇ ਹੋਏ ਪਾਤਰ ਸਾਹਿਬ ਨੇ ਜਿਹੜੀਆਂ ਇਹ ਰਚਨਾਵਾਂ ਸਾਡੀ ਝੋਲੀ ਪਾਈਆਂ ਨੇ ਔਰ ਉਹਨਾਂ ਦੀ ਸ਼ਾਇਰੀ ਪੰਜਾਬੀ ਦੀ ਮਾਊਂਟ ਐਵਰੈਸਟ ਜਿਹੜੀ ਹੈ ਜੀ ਵਾਰਿਸ ਸ਼ਾਹ ਸ਼ਿਵ ਕੁਮਾਰ ਬਟਾਲਵੀ ਤੋਂ ਬਾਅਦ ਸੁਰਜੀਤ ਪਾਤਰ ਉਹਨਾਂ ਦਾ ਨਾਮ ਬੜੇ ਫਖਰ ਦੇ ਨਾਲ ਲਿਆ ਜਾਂਦਾ ਹੈ। ਸੋ ਸਾਰੇ ਪੰਜਾਬੀ ਉਹਨਾਂ ਨੂੰ ਕਿੰਨੀ ਪਿਆਰ ਮੁਹੱਬਤ ਕਰਦੇ ਨੇ ਪੰਜਾਬੀਆਂ ਨੇ ਦਿਖਾਤਾ। ਸੋ ਸਾਰੇ ਵੇਖਣ ਸੁਣਨ ਵਾਲਿਆਂ ਦਾ ਮੈਂ ਧੰਨਵਾਦ ਕਰਦਾ ਔਰ ਸਾਡੇ ਵਰਗੇ ਜਿਹੜੇ ਪ੍ਰਬੰਧਕ ਆਯੋਜਕ ਨੇ ਸਾਨੂੰ ਵੀ ਹੌਸਲਾ ਮਿਲਦਾ ਕਿ ਅਸੀਂ ਅੱਗੇ ਤੋਂ ਅਜਿਹੇ ਜਿਹੜੇ ਆ ਵੀ ਸਾਫ਼ ਸੁਥਰੇ ਸਾਹਿਤਕ ਸ਼ੋਅ ਲੈ ਕੇ ਆਈਏ। ਸਭ ਤੋਂ ਪਹਿਲਾਂ ਮੈਂ ਅੱਜ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜਾ ਕਿ ਤੁਸੀਂ ਸਾਡੀ ਕਵਰ ਕਰ ਰਹੇ ਹਾਂ ਬਹੁਤ ਵਧੀਆ, ਕਿਉਂਕਿ ਉਹਨਾਂ ਉਹ ਮਹਾਨ ਹਸਤੀ ਜਿਹੜੀ ਕਿ ਪਾਤਰ ਸਾਹਿਬ ਜਿਹੜੇ ਕਿ ਦੁਨੀਆ ਵਿੱਚ ਇੱਕ ਬੜੇ ਸੁਝੇਵਾਨ ਔਰ ਚੰਗੀ ਸੋਚ ਦੇ ਮਾਲਕ ਨੇ, ਉਹਨਾਂ ਦਾ ਅੱਜ ਸ਼ੋਅ ਅਸੀਂ ਦੇਖਣ ਆਏ ਹਾਂ। ਬੜਾ ਵਧੀਆ ਲੱਗ ਰਿਹਾ ਕਿਉਂਕਿ ਤਕਰੀਬਨ ਡੇਢ ਦੋ ਘੰਟੇ ਬੀਤ ਗਏ ਆ, ਉੱਠਣ ਨੂੰ ਦਿਲ ਨਹੀਂ ਕਰਦਾ ਸੀ ਅਤੇ ਹਾਲੇ ਵੀ ਸ਼ੋਅ ਜਿਹੜਾ ਚੱਲ ਰਿਹਾ ਅਸੀਂ ਵਾਪਸ ਫੇਰ ਜਾ ਰਹੇ ਹਾਂ ਅਤੇ ਅਸੀਂ ਜਿਹੜਾ ਉਹਨਾਂ ਨੂੰ ਅੱਜ ਆਪਣੀ ਵਰਲਡ ਪੰਜਾਬੀ ਕਾਨਫਰੰਸ ਜਿਹੜੀ ਆ 22-23 ਜੂਨ ਨੂੰ ਹੋਈ ਸੀ, ਉਹਨਾਂ ਦੀ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਪਾਤਰ ਸਾਹਿਬ ਨੂੰ ਗੋਲਡ ਮੈਡਲ ਦੇ ਨਾਲ ਸਨਮਾਨਿਤ ਕਰ ਰਹੇ ਹਾਂ, ਕਿਉਂ ਅਸੀਂ ਭਾਗਾਂ ਵਾਲੇ ਹਾਂ ਜਿਹੜੇ ਕਿ ਇਹੋ ਜਿਹੇ ਮਹਾਨ ਹਸਤੀਆਂ ਜਿਹੜੀ ਕਿ ਉਹਨਾਂ ਨੂੰ ਅਸੀਂ ਸਨਮਾਨਿਤ ਕਰ ਰਹੇ ਹਾਂ। ਆਪਣੇ ਆਪ ਨੂੰ ਬੜਾ ਮਾਣ ਮਹਿਸੂਸ ਕਰ ਰਹੇ ਹਾਂ ਸਾਰੀ ਵਰਲਡ ਪੰਜਾਬੀ ਕਾਨਫਰੰਸ ਦੇ ਵੱਲੋਂ, ਕਿਉਂਕਿ ਜਿਹੜੀ ਸਾਡੀ 22-23 ਜੂਨ ਨੂੰ ਕਾਨਫਰੰਸ ਹੋਈ ਸੀਗੀ ਉਹ ਹਰ ਇੱਕ ਦੁਨੀਆ ਦੇ ਵਿੱਚ ਇਕੱਲੇ ਇਕੱਲੇ ਕੋਰਨਰ ਦੇ ਵਿੱਚ ਕੋਨੇ ਕੋਨੇ ਦੇ ਵਿੱਚ ਉਹਦੇ ਨਾਂ ਜਿਹੜੇ ਆ ਜਪੇ ਜਾ ਰਹੇ, ਕਿਉਂਕਿ ਇਹੋ ਜਿਹੀਆਂ ਕਾਨਫਰੰਸਾਂ ਕਰਾਉਣੀਆਂ ਚਾਹੀਦੀਆਂ। ਇਹਨੂੰ ਜਿਹੜਾ ਕਿ ਹਾਲੇ ਤੱਕ ਸਾਡੇ ਕੋਈ ਵੀ ਜਿੰਨੇ ਵੀ ਪੇਪਰ ਪੜ੍ਹਨ ਆਏ ਸੀ ਕਿਸੇ ਨੇ ਵੀ ਸਾਡੇ ਕੋਲ ਇਹੋ ਜਿਹੀ ਗੱਲ ਨਹੀਂ ਕੀਤੀ ਵੀ ਸਾਨੂੰ ਟਾਈਮ ਹੀ ਦਿੱਤਾ, ਕਿਉਂਕਿ ਅਸੀਂ ਇਹੋ ਜਿਹਾ ਪ੍ਰੋਗਰਾਮ ਸਾਨੂੰ ਪਰਮਾਤਮਾ ਬਖਸ਼ੇ ਅਸੀਂ ਕਰਦੇ ਰਹੀਏ। ਬਹੁਤ ਹੀ ਸੁਭਾਗਾ ਸਮਾਂ ਹੈ ਅੱਜ ਜੋ ਇਹ ਸੀਰਤ ਐਂਟਰਟੇਨਮੈਂਟ ਇਨਕੋਰਪੋਰੇਟਡ ਉਹ ਸ਼ੋਅ ਕਰਵਾ ਰਹੇ, ਅਤੇ ਮੈਂ ਜਦੋਂ ਦੇਖਦਾ ਕਿ ਟੋਰੋਂਟੋ ਦੇ ਵਿੱਚ ਜੋ ਸ਼ੋਅ ਹੁੰਦੇ ਆ ਗੀਤਾਂ ਦੇ ਜਾਂ ਹੋਰ ਜੋ ਹੈ, ਅੱਜ ਜੋ ਕੁਛ ਅਸੀਂ ਦੇਖ ਰਹੇ ਹਾਂ ਸਾਰੇ ਜੋ ਸਰੋਤੇ ਬੈਠੇ ਹਨ, ਇੰਨਾ ਆਨੰਦ ਪਰਮਾਤਮਾ ਦੇ ਨਾਲ ਮਨ ਜੁੜਦੇ ਹਨ ਸੁਣ ਕੇ। ਬਾਕੀ ਪਾਤਰ ਸਾਹਿਬ ਦੇ ਬਾਰੇ ਜਿੰਨਾ ਕਹਿ ਲਿਆ ਜਾਵੇ ਉਹਨਾਂ ਥੋੜ੍ਹਾ ਮੇਰੇ ਫਾਸਟ ਲਫਜ਼ ਨਹੀਂ। ਬਹੁਤ ਹੀ ਸਤਿਕਾਰਯੋਗ ਜੋ ਅੱਜ ਦੇ ਯੁੱਗ ਦੇ ਵਿੱਚ ਜਿੱਦਾਂ ਦੱਸਿਆ ਵੀ ਜਿਹੜੇ ਸਾਡੇ ਨਾਮੀ ਕਵੀ ਹੋਏ ਹੈਗੇ ਆ, ਹਾਂਜੀ, ਉਹਨਾਂ ਦੇ ਵਿੱਚੋਂ ਅੱਜ ਦਾ ਜਿਹੜਾ ਟਾਈਮ ਹੈ ਇਹ ਸਰਮੋਰ ਹਨ। ਅੱਜ ਦਾ ਪ੍ਰੋਗਰਾਮ ਆਪਣੇ ਆਪ ਦੇ ਵਿੱਚ ਇੱਕ ਨਮੂਨੇ ਦਾ ਪ੍ਰੋਗਰਾਮ ਹੈ। ਮੈਨੂੰ ਪਾਤਰ ਸਾਹਿਬ ਦੀਆਂ ਉਹ ਸਤਰਾਂ ਯਾਦ ਆਉਂਦੀਆਂ ਨੇ, ਸਾਨੂੰ ਮਿਲਿਆ ਵੀ ਕਰ ਕਦੇ ਬੰਦਿਆਂ ਦੇ ਵਾਂਗ, ਐਵੇਂ ਲੰਘ ਜਾਂਦਾ ਪਾਣੀ ਕਦੇ ਵਾਹ ਬਣ ਕੇ, ਅੱਜ ਵਾਹ ਹੀ ਉਹ ਹਨੇਰੀ ਬਣੀ ਹੋਈ ਹੈ। ਕੈਨੇਡਾ ਦੇ ਵਿੱਚ ਇੰਨਾ ਪੰਜਾਬੀਆਂ ਦੇ ਲਈ ਸੁੰਦਰ ਵਾਤਾਵਰਨ ਹੈ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਬਾਹਰਲੇ ਘਰ ਹੁੰਦੇ ਸੀ, ਅੱਜ ਅਸੀਂ ਕੈਨੇਡਾ ਨੂੰ ਬਾਹਰਲਾ ਘਰ ਸ਼ੁਰੂ ਕਰਕੇ ਅੰਦਰਲਾ ਘਰ ਬਣਾ ਲਿਆ। ਇੱਥੇ ਪੰਜਾਬੀ ਮਾਤ ਭਾਸ਼ਾ ਦੇ ਤੌਰ 'ਤੇ ਵੀ ਪ੍ਰਫੁੱਲਿਤ ਹੋਣ ਨੂੰ ਜਿੰਨਾ ਮਾਹੌਲ ਵਧੀਆ ਮਿਲਿਆ ਹੋਇਆ, ਉਹਨਾਂ ਦੇ ਵਿੱਚ ਸਰਦਾਰ ਬਰਿਆਮ ਸਿੰਘ ਸੰਧੂ ਵਰਗੇ, ਪਦਮ ਸ਼੍ਰੀ ਸੁਰਜੀਤ ਜੀ ਪਾਤਰ ਵਰਗੇ ਬਹੁਤ ਵੱਡਾ ਯੋਗਦਾਨ ਪਾ ਰਹੇ ਨੇ। ਮੈਂ ਮਹਿਸੂਸ ਕਰਦਾ ਵੀ ਪਦਮ ਸ਼੍ਰੀ ਵੀ ਪਾਤਰ ਵਾਸਤੇ ਬਹੁਤ ਛੋਟਾ ਇਨਾਮ ਹੈ, ਉਹ ਇਹਨਾਂ ਹੱਦ ਬੰਨਿਆਂ ਤੋਂ ਬਹੁਤ ਉੱਪਰ ਲੰਘ ਚੁੱਕੇ ਨੇ। ਇੰਨੀ ਸ਼ੋਹਰਤ ਪ੍ਰਾਪਤ ਕਰਨ ਵਾਲਾ ਜਿਉਂਦੇ ਜੀ ਮੈਂ ਜੇ ਕੋਈ ਕਵੀ ਦੇਖਿਆ ਤਾਂ ਉਹ ਸੁਰਜੀਤ ਸਿੰਘ ਪਾਤਰ ਹੈ, ਔਰ ਅਸੀਂ ਤਵੱਕੋਂ ਰੱਖਦੇ ਹਾਂ ਜਿਸ ਤਰ੍ਹਾਂ ਉਹ ਲੋਕਾਂ ਦੇ ਦਿਲਾਂ ਵਿੱਚ ਰਾਜ ਕਰਦੇ ਨੇ, ਸਾਡੀ ਪੰਜਾਬੀ ਭਾਸ਼ਾ ਦਾ ਜਿਹੜੇ ਹੀਰੇ ਨੇ ਲਾਲ ਰਤਨ ਨੇ, ਇਹ ਹੋਰ ਚਮਕਣਗੇ ਹੋਰ ਦਗਣਗੇ ਅਤੇ ਦੂਜਿਆਂ ਨੂੰ ਇਹੋ ਜਿਹੀ ਪ੍ਰੇਰਨਾ ਦੇਣਗੇ। ਪੰਜਾਬੀ ਗਜ਼ਲ ਨੂੰ ਪੰਜਾਬੀ ਦੇ ਵਿੱਚ ਕਹੋ ਤੁਸੀਂ ਆਪਣੇ ਪੂਰੇ ਸੱਭਿਆਚਾਰ ਨੂੰ, ਆਪਣੀ ਮੁਹੱਬਤ ਦੇ ਬਾਰੇ, ਆਪਣੀ ਜ਼ਿੰਦਗੀ ਦੇ ਦੁੱਖਾਂ ਸੁੱਖਾਂ ਬਾਰੇ, ਯਾਨੀ ਜਿੰਨੀ ਹਰਮਨ ਪਿਆਰਾਪਨ, ਜਿੰਨੀ ਲੋਕਾਂ ਵੱਲੋਂ ਪਿਆਰ ਦੀ ਸੌਗਾਤ ਪਾਤਰ ਸਾਹਿਬ ਨੂੰ ਮਿਲੀ ਹੈ, ਇਹ ਮੈਂ ਸਮਝਦਾ ਪੰਜਾਬੀ ਦੇ ਕਿਸੇ ਹੋਰ ਸ਼ਾਇਰ ਦੇ ਹਿੱਸੇ ਨਹੀਂ ਆਏ। ਹਰ ਸ਼ਾਇਰ ਦਾ ਇੱਕ ਆਪਣਾ ਰੰਗ ਹੈ। ਅੱਜ ਦੀ ਇਹ ਸ਼ਾਮ ਦੇਖ ਕੇ ਮੈਨੂੰ ਲੱਗਿਆ ਕਿ ਮੇਰਾ ਕੈਨੇਡਾ ਆਉਣਾ, ਟੋਰੋਂਟੋ ਆਉਣਾ ਸਫਲ ਹੋ ਗਿਆ, ਕਿਉਂਕਿ ਜਿਹੜੀਆਂ ਲੋਕਾਂ ਦੀਆਂ ਪੀੜਾਂ ਅਤੇ ਚੀਸਾਂ ਨੇ ਉਹਨਾਂ ਨੂੰ ਇੱਕ ਖੂਬਸੂਰਤ ਢੰਗ ਨਾਲ ਕਹਿਣ ਦਾ ਜਿਹੜਾ ਇੱਕ ਮੈਂ ਕਹਿ ਸਕਦਾ ਬਹੁਤ ਹੀ
ਧੁਨੀ ਦੀ ਪੱਧਰ 'ਤੇ ਗੱਲ ਚੱਲਦੀ ਹੈ। ਉਹ ਸ਼ਹਿਰ ਬਾਰੇ ਲਿਖਦੇ ਆ ਕਿ ਕੀ ਹੈ ਤੇਰਾ ਸ਼ਹਿਰ ਜਿੱਥੇ ਫੁੱਲ ਵੀ ਮੰਗਦੇ ਨੇ ਆਗਿਆ ਮਹਿਕਣ ਲਈ, ਜਾਂ ਪੈੜਾਂ ਤੇਰੀਆਂ 'ਤੇ ਦੂਰ ਦੂਰ ਤੱਕ ਮੇਰੇ ਪੱਤੇ ਡਿੱਗੇ ਮੇਰੀਆਂ ਬਹਾਰਾਂ ਦਾ ਗਨਾਹ ਬਣ ਕੇ। ਇਸੇ ਤਰ੍ਹਾਂ ਹੀ ਉਹਨਾਂ ਨੇ ਕਿਹਾ ਕਿ ਕਦੀ ਬੰਦਿਆਂ ਦੇ ਵਾਂਗ ਸਾਨੂੰ ਮਿਲਿਆ ਵੀ ਕਰ, ਐਵੇਂ ਲੰਘ ਜਾਂਦਾ ਪਾਣੀ ਕਦੇ ਵਾਹ ਬਣ ਕੇ। ਬਹੁਤ ਬਹੁਤ ਮੁਬਾਰਕ। ਜੇ ਲੱਚਰ ਪ੍ਰੋਗਰਾਮਾਂ ਦੇ ਮੁਕਾਬਲੇ 'ਤੇ ਅਸੀਂ ਇਹੋ ਜਿਹੇ ਪ੍ਰੋਗਰਾਮ ਕਰਾਵਾਂਗੇ, ਇਹਦੇ ਨਾਲ ਪੰਜਾਬੀ ਬੋਲੀ, ਸਾਹਿਤ, ਸੱਭਿਆਚਾਰ ਅਤੇ ਸਾਡੀ ਅਮੀਰ ਵਿਰਾਸਤ ਦਾ ਰੰਗ ਲੋਕਾਂ ਦੇ ਮਨਾਂ 'ਚ ਹੋਰ ਡੂੰਘਾ ਹੋਊ। ਮੈਨੂੰ ਅੱਜ ਬੜੀ ਖੁਸ਼ੀ ਹੁੰਦੀ ਹੈ ਇਹ ਵੇਖ ਕੇ ਕਿ ਰੋਜ਼ ਥੀਏਟਰ ਦੇ ਵਿੱਚ ਹਾਊਸਫੁੱਲ ਹੈ, ਔਰ ਪਾਤਰ ਸਾਹਿਬ ਦੇ ਮਾਣ ਸਨਮਾਨ ਦੇ ਵਿੱਚ ਜੋ ਇਹ ਫੰਕਸ਼ਨ ਹੋ ਰਿਹਾ, ਅਤੇ ਔਰ ਇਹ ਰੀਅਲੀ ਡਿਜ਼ਰਵ ਕਰਦੇ ਆ, ਔਰ ਇਹਨਾਂ ਨੇ ਪੰਜਾਬੀ ਖੇਤਰ ਦੇ ਵਿੱਚ ਜੋ ਨਾਮਨਾ ਕੱਟਿਆ ਉਹ ਦੱਸਣ ਦੇ ਤੋਂ ਵੀ ਉੱਪਰ ਹੈ, ਔਰ ਇਹਨਾਂ ਦਾ ਜੋ ਸਨਮਾਨ ਕੀਤਾ ਗਿਆ ਗੌਰਮੈਂਟ ਵੱਲੋਂ ਮਾਣ ਪੱਤਰ 'ਤੇ ਦਿੱਤੇ ਗਏ, ਔਰ ਸਹਿਸ ਸਭਾ ਅਕਾਡਮੀ ਦੇ ਇਸ ਵੇਲੇ ਡਾਇਰੈਕਟਰ ਨੇ, ਔਰ ਸਾਨੂੰ ਇਹਨਾਂ ਨੂੰ ਮਿਲ ਕੇ ਇਹਨਾਂ ਨੂੰ ਸੁਣ ਕੇ ਔਰ ਐਜ਼ ਏ ਪੰਜਾਬੀ ਬਹੁਤ ਹੀ ਮਾਣ ਦੇ ਸਾਡਾ ਵਾਧਾ ਹੈ, ਔਰ ਅਸੀਂ ਚਾਹੁੰਦੇ ਹਾਂ ਕਿ ਇਹੋ ਜਿਹੇ ਕਵੀ ਬਹੁਤ ਦੇਰ ਬਾਅਦ ਕਦੇ ਆਉਂਦੇ ਹੈ, ਭਾਈ ਵੀਰ ਸਿੰਘ ਜੀ ਤੋਂ ਬਾਅਦ ਇਹਨਾਂ ਨੂੰ ਸੁਣਨ ਦਾ ਮੌਕਾ ਮਿਲਿਆ, ਔਰ ਜਿਹਨਾਂ ਦੀਆਂ ਕੋਟੇਸ਼ਨਸ ਹਰ ਜਗ੍ਹਾ 'ਤੇ ਵਰਤੀਆਂ ਜਾਂਦੀਆਂ ਹੈਗੀਆਂ। ਸਾਥੀਆਂ, ਅਸੀਂ ਬੜੇ ਬੜਭਾਗੇ ਹਾਂ ਜਿਨ੍ਹਾਂ ਨੂੰ ਅੱਜ ਸੁਰਜੀਤ ਪਾਤਰ ਦੇ ਸ਼ੋਅ ਦੇ ਵਿੱਚ ਵਿਸ਼ਵ ਪੰਜਾਬੀ ਕਾਨਫਰੰਸ ਵੱਲੋਂ ਗੋਲਡ ਮੈਡਲ ਨਾਲ ਸਨਮਾਨ ਕੀਤਾ ਜਾ ਰਿਹਾ, ਜੋ ਕਿ ਹਿੰਦੁਸਤਾਨੀ ਸਾਰੀ ਦੁਨੀਆ ਦੇ ਸਰਮੋਰ ਕਵੀ ਹਨ, ਔਰ ਸਾਨੂੰ ਇਹੋ ਜਿਹੇ ਕਵੀਆਂ ਦੀ ਲਿਖਾਰੀਆਂ ਦੀ ਬਹੁਤ ਲੋੜ ਆ। ਸੋ ਅਸੀਂ ਬੜੇ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਦੇ ਹਾਂ ਕਿ ਇਹ ਸ਼ੋਅ ਜੋ ਰੋਜ਼ ਗਾਰਡਨ ਵਿੱਚ ਹੋ ਰਿਹਾ, ਅੱਜ ਦੁਬਾਰਾ ਫਿਰ ਬੇਨਤੀ ਕਰਦਾ ਕਿ ਵਿਸ਼ਵ ਪੰਜਾਬੀ ਕਾਨਫਰੰਸ ਜੋ ਕਿ ਪਿਛਲੇ ਦਿਨਾਂ ਵਿੱਚ ਜੂਨ ਦੇ ਵਿੱਚ ਹੋਈ ਸੀ, ਉਸ ਸਾਰੀ ਕਮੇਟੀ ਦੇ ਵੱਲੋਂ ਗੋਲਡ ਮੈਡਲ ਨਾਲ ਸਨਮਾਨ ਕੀਤਾ ਜਾ ਰਿਹਾ। ਅਰਦਾਸ ਕਰਦੇ ਪਰਮਾਤਮਾ ਇਹਨਾਂ ਸਭ ਨੂੰ ਚੜ੍ਹਦੀ ਕਲਾ 'ਚ ਰੱਖੋ। ਅੱਜ ਸੁਰਜੀਤ ਪਾਤਰ ਜੀ ਦਾ ਇੱਥੇ ਪ੍ਰੋਗਰਾਮ ਹੈ, ਉਹਨਾਂ ਦੀ ਸ਼ਾਇਰੀ ਦਾ, ਉਹਨਾਂ ਦੀ ਸ਼ਾਇਰੀ ਉਹ ਸੁਣਾ ਵੀ ਰਹੇ ਆ, ਗਾ ਵੀ ਰਹੇ ਆ, ਔਰ ਆਪਣੀ ਜ਼ਿੰਦਗੀ ਦੀਆਂ ਸ਼ਾਇਰੀ ਦੇ ਪ੍ਰੋਸੈਸ ਦੀਆਂ ਗੱਲਾਂ ਕਰ ਰਹੇ ਆ। ਸਾਡੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਅਸੀਂ ਵਿਸ਼ਵ ਪੰਜਾਬੀ ਕਾਨਫਰੰਸ ਰਜਿਸਟਰਡ ਟੋਰਾਂਟੋ ਵੱਲੋਂ ਉਹਨਾਂ ਦਾ ਗੋਲਡ ਮੈਡਲ ਨਾਲ ਸਨਮਾਨ ਕਰ ਰਹੇ ਹਾਂ, ਔਰ ਇਹ ਜਿਹੜਾ ਗੋਲਡ ਮੈਡਲ ਹੈ ਇਹ ਪਾਤਰ ਸਾਹਿਬ ਦੀ ਪੰਜਾਬੀ ਸ਼ਾਇਰੀ ਨੂੰ, ਪੰਜਾਬੀ ਸੱਭਿਆਚਾਰ ਨੂੰ, ਪੰਜਾਬੀ ਸਾਹਿਤ ਨੂੰ ਦੇਣ ਦੇ ਕਰਕੇ ਦਿੱਤਾ ਜਾ ਰਿਹਾ, ਔਰ ਇਹ ਸਾਂਝੇ ਤੌਰ 'ਤੇ ਵਿਸ਼ਵ ਪੰਜਾਬੀ ਕਾਨਫਰੰਸ ਔਰ ਸਰਦਾਰ ਸਰਬਜੀਤ ਸਿੰਘ ਜਿਹੜੇ ਕਿ RBC ਦੇ ਮੌਰਗੇ ਸਪੈਸ਼ਲਿਸਟ ਨੇ, ਅਵਾਰਡੀ ਨੇ, ਔਰ ਉਹਨਾਂ ਦੇ ਪਿਤਾ ਜੀ ਸਰਦਾਰ ਗੁਰਚਰਨ ਸਿੰਘ ਜੀ, ਡਾਕਟਰ ਗੁਰਚਰਨ ਸਿੰਘ ਚੰਡੀਗੜ੍ਹ ਵਾਲੇ, ਉਹਨਾਂ ਵੱਲੋਂ ਉਹਨਾਂ ਨੂੰ ਸਨਮਾਨਿਤ ਕਰਕੇ ਸਾਡੀ ਜਿਹੜੀ ਵਿਸ਼ਵ ਪੰਜਾਬੀ ਕਾਨਫਰੰਸ ਹੈ ਉਹ ਬੜਾ ਮਾਣ ਮਹਿਸੂਸ ਕਰਦੀ ਹੈ।